ਸਤਿ ਸ਼੍ਰੀ ਅਕਾਲ, ਮੈਂ ਹੂੰ ਮਹਿਮਾ ਚੌਧਰੀ। ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬ, ਸ਼ਾਨ ਪੰਜਾਬ ਦੀ। ਗੁਰਦੁਆਰਾ ਸਾਹਿਬ 'ਚ ਵਿਆਹ ਦਾ ਜੋੜਾ ਪਾਈ ਬੈਠੇ ਜਿਸ ਜੋੜੇ ਨੂੰ ਤੁਸੀਂ ਦੇਖ ਰਹੇ ਹੋ, ਇਸ ਪੂਰੇ ਮਾਮਲੇ ਨੂੰ ਸੁਣ ਕੇ ਤੁਸੀਂ ਦੰਗ ਰਹਿ ਜਾਵੋਗੇ। ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਲਾੜਾ ਤੇ ਲਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਨੇ, ਜਿਸ ਤੋਂ ਬਾਅਦ ਇੱਕਦਮ ਹੀ ਕੁਝ ਔਰਤਾਂ ਤੇ ਬੰਦੇ ਇਕੱਠੇ ਹੋ ਕੇ ਆਉਂਦੇ ਨੇ ਤੇ ਆਉਂਦਿਆਂ ਹੀ ਲਾੜੇ ਤੇ ਟੁੱਟ ਕੇ ਪੈ ਜਾਂਦੇ ਨੇ, ਉਸਦੀ ਪੱਗ ਵੀ ਉਤਾਰ ਦਿੰਦੇ ਨੇ ਤੇ ਲਾੜੀ ਜੋ ਕਿ ਦੁਲਹਨ ਦਾ ਜੋੜਾ ਪਾਈ ਨਾਲ ਬੈਠੀ ਸੀ, ਇਹ ਲੋਕ ਉਸ ਵੱਲ ਵੀ ਹੱਥੋਂ ਪਾਈ ਕਰਨ ਲਈ ਵੱਧਦੇ ਨੇ, ਜਿਸ ਨੂੰ ਲਾੜਾ ਰੋਕ ਦਿੰਦਾ। ਕੀ ਇਹ ਪੂਰਾ ਮਾਮਲਾ ਦੱਸਾਂਗੇ ਫੇਰ, ਪਹਿਲਾਂ ਦੇਖੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ। ਦਰਅਸਲ ਇਹ ਮਾਮਲਾ ਇਸ ਤਰ੍ਹਾਂ ਹੈ ਕਿ ਵਿਆਹ ਕਰਵਾਉਣ ਵਾਲਾ ਲਾੜਾ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਤੇ ਉਸ ਵੱਲੋਂ ਚੋਰੀ ਦਾ ਦੂਸਰਾ ਵਿਆਹ ਕਰਵਾਇਆ ਜਾ ਰਿਹਾ ਸੀ ਤੇ ਇਸ ਦੀ ਭਿਣਕ ਜਦੋਂ ਪਹਿਲੀ ਪਤਨੀ ਨੂੰ ਲੱਗੀ ਤਾਂ ਉਹ ਆਪਣੇ ਪਰਿਵਾਰ ਸਮੇਤ ਮੌਕੇ ਤੇ ਪਹੁੰਚ ਗਈ, ਜਿਸ ਨੂੰ ਦੇਖ ਕੇ ਲਾੜੇ ਦੇ ਇੱਕਦਮ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਹੱਕਾ ਬੱਕਾ ਰਹਿ ਗਿਆ। ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਵਿਆਹ ਹੋਇਆ ਬੰਦਾ ਆਪਣੀ ਪਹਿਲੀ ਪਤਨੀ ਨੂੰ ਧੋਖਾ ਦੇ ਕੇ ਦੂਸਰਾ ਵਿਆਹ ਰਚਾਇਆ ਜਾ ਰਿਹਾ ਸੀ, ਪਰ ਐਨ ਮੌਕੇ ਤੇ ਆ ਕੇ ਉਸਦੀ ਪਹਿਲੀ ਪਤਨੀ ਭਾਂਡਾ ਫੋੜ ਦਿੰਦੀ ਹੈ। ਸੋ ਲੋੜ ਹੈ ਲੋਕਾਂ ਨੂੰ ਸਮਝਣ ਦੀ ਤਾਂ ਕਿ ਬਰਬਾਦ ਹੋ ਰਹੇ ਆਪਣੇ ਘਰ ਪਰਿਵਾਰ ਨੂੰ ਬਚਾਇਆ ਜਾ ਸਕੇ। ਸੋਸ਼ਲ ਮੀਡੀਆ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ। ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।